ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਆਪਣੇ ਸਲੋਕਾਂ ਵਿੱਚ ਫਰਮਾਨ ਕਰਦੇ ਹਨ, ਗਗਨ ਦਮਾਮਾ ਵਾਜਿਓ ਭਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡੋ ਸੂਰਮਾ ਅਬ ਜੂਜਣ ਗਦਾਓ। ਕਬੀਰ ਸਾਹਿਬ ਕਹਿੰਦੇ ਨੇ ਉਸ ਦੇ ਦਸਮ ਦੁਆਰ ਵਿੱਚ ਧੌਂਸਾ ਵੱਜਦਾ ਹੈ, ਉਸ ਦੇ ਨਿਸ਼ਾਨੇ 'ਤੇ ਚੋਟਾਂ ਪੈਂਦੀਆਂ ਹਨ, ਭਾਵ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਉੱਚੀਆਂ ਉਡਾਰੀਆਂ ਮਾਰ ਨੂੰ ਫਿਰਦਾ ਹੈ, ਉੱਚੀਆਂ ਉਡਾਰੀਆਂ ਲੈਣ ਨੂੰ ਫਿਰਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ। ਉਸਦੇ ਹਿਰਦੇ ਵਿੱਚ ਪ੍ਰਭੂ ਚਰਨਾਂ ਵਿੱਚ ਜੁੜੇ ਰਹਿਣ ਦੀ ਧੂਹ ਪੈਂਦੀ ਹੈ। ਖੇਤ ਜੋ ਮੰਡ ਸੂਰਮਾ ਅਬ ਜੂਜਣ ਕੋ ਦਾਓ। ਜੋ ਮਨੁੱਖ ਇਸ ਜਗਤ ਰੂਪ ਰਣਭੂਮੀ ਵਿੱਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ 'ਤੇ ਆੜ ਖਲੋਤਾ ਹੈ ਅਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੈ ਅਸਲ ਸੂਰਮਾ। ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕਹੇ। ਪੁਰਜਾ ਪੁਰਜਾ ਕੱਟ ਮਰੇ ਕਬ ਹੂਣਾ ਛੱਡੇ ਖੇਤ। ਕਬੀਰ ਸਾਹਿਬ ਕਹਿੰਦੇ ਸੂਰਾ ਸੋ ਪਹਿਚਾਨੀ ਹੈ। ਹਾਂ, ਇੱਕ ਉਹ ਵੀ ਸੂਰਾ ਹੈ, ਉਸ ਮਨੁੱਖ ਨੂੰ ਵੀ ਸੂਰਾ ਹੀ ਸਮਝਣਾ ਚਾਹੀਦਾ ਹੈ ਜਿਹੜਾ ਰੋਜ਼ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਸਵੇਰੇ ਉੱਠ ਕੇ ਆਪਣੇ ਕੰਮ ਵਿਕਾਰਾਂ 'ਤੇ ਜਾਂਦਾ ਹੈ, ਉਸਨੂੰ ਵੀ ਸੂਰਾ ਸਮਝ ਸਕਦੇ ਹਾਂ ਜਾਂ ਕਹਿ ਸਕਦੇ ਹਾਂ। ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ। ਗਰੀਬਾਂ ਵਾਸਤੇ ਲੜਦਾ ਮਰਦਾ ਟੋਟੇ ਟੋਟੇ ਹੋ ਜੋ ਹੋ ਜਾਂਦਾ, ਉਹ ਪੈਰ ਨਹੀਂ ਹਟਾਉਂਦਾ ਆਪਣੀ ਜਿੰਦ ਬਚਾਉਣ ਲਈ ਖਾਤਰ, ਗਰੀਬਾਂ ਅੱਗੇ ਗਰੀਬਾਂ ਦੀ ਬਾਂਹ ਫੜ ਕੇ ਜਾਂ ਗਰੀਬਾਂ ਲਈ ਮਸੀਹਾ ਬਣ ਕੇ ਖੜਦਾ ਹੈ। ਇਹ ਕਬੀਰ ਸਾਹਿਬ ਆਪਣੇ ਸਲੋਕਾਂ ਵਿੱਚ ਫਰਮਾਨ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।